ਫੈਕਟਰੀ ਯੂਨੀਅਨ ਵੱਲੋਂ ਦੁੱਧ ਉਤਪਾਦਕਾਂ ਨੂੰ ਨਾਲ ਲੈ ਕੇ ਵੇਰਕਾ ਮਿਲਕ ਪਲਾਂਟ ਦੇ ਬਾਹਰ ਧਰਨਾ ਦੇ ਕੇ ਕੀਤੀ ਗਈ ਨਾਅਰੇਬਾਜ਼ੀ। ਬੁੱਧਵਾਰ ਨੂੰ 4 ਵਜੇ ਦੇ ਲਗਭਗ ਬਠਿੰਡਾ ਦੇ ਵੇਰਕਾ ਮਿਲਕ ਪਲਾਂਟ ਦੇ ਬਾਹਰ ਧਰਨਾ ਦੇ ਰਹੇ ਦੁੱਧ ਉਤਪਾਦਕ ਅਤੇ ਸੈਕਟਰੀਆਂ ਵੱਲੋਂ ਬੋਲਦਿਆਂ ਕਿਹਾ ਕਿ ਜੋ ਵੇਰਕਾ ਮਿਲਕ ਪਲਾਂਟ ਵੱਲੋਂ ਨਵਾਂ ਸਿਸਟਮ ਲਾਂਚ ਕੀਤਾ ਗਿਆ ਜਿਸ ਦੇ ਵਿੱਚ ਅਗਰ ਫੈਟ ਜ਼ਿਆਦਾ ਆਉਂਦੀ ਹੈ ਤਾਂ ਵੀ ਦੁੱਧ ਨਹੀਂ ਖਰੀਦਿਆ ਜਾਵੇਗਾ ਅਤੇ ਅਗਰ ਫੈਟ ਘੱਟ ਆਉਂਦੀ ਤਾਂ ਵੀ ਦੁੱਧ ਨਹੀਂ ਖਰੀਦਿਆ ਜਾਵੇਗਾ, ਜਿਸ ਨੂੰ ਲੈ ਕੇ ਦੁੱਧ ਉਤਪਾਦਕਾਂ ਦੇ ਵਿੱਚ ਕਾਫੀ ਰੋਸ ਆਪਣਾ ਪਾਇਆ ਜਾ ਰਿਹਾ ਸੀ, ਜਿਸ ਨੂੰ ਲੈ ਕੇ ਅੱਜ ਇਹਨਾਂ ਵੱਲੋਂ ਵੇਰਕਾ ਮਿਲਕ ਪਲਾਂਟ ਦਾ ਗੇਟ ਬੰਦ ਕਰ ਦਿੱਤਾ ਗਿਆ ਅਤੇ ਜੋ ਉੱਥੋਂ ਦੀ ਆਪਣਾ ਮੈਨੇਜਮੈਂਟ ਹੈ ਉਹਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਇਹਨਾਂ ਵੱਲੋਂ ਸ਼ਾਮ ਨੂੰ 4 ਵਜੇ ਲਗਭਗ ਇੱਥੋਂ ਆਪਣਾ ਧਰਨਾ ਹਟਾ ਦਿੱਤਾ ਗਿਆ। ਉਤਪਾਦਕ ਤੇ ਸੈਕਟਰੀ ਯੂਨੀਅਨ ਸਾਡੇ ਹੱਕ ਨਾਮ ਹੈ ਤੁਹਾਡਾ ਤੇ ਕਿਹੜੀ ਯੂਨੀਅਨ ਕੀ ਮੰਗ? ਮੈਂ ਜੀ ਸੈਕਟਰੀ ਯੂਨੀਅਨ ਬਠਿੰਡਾ ਜਸਵੰਤ ਸਿੰਘ ਬੋਲ ਰਿਹਾ ਜੀ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਮੀਡੀਆ ਕਰਮੀਆਂ ਤੇ ਸਾਡੇ ਦੁੱਧ ਉਤਪਾਦਕਾਂ ਦਾ ਤੇ ਸੈਕਟਰੀ ਵੀਰਾਂ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਇੱਥੇ ਜਿਹੜਾ ਸਾਡਾ ਧਰਨਾ ਅੱਜ ਸੰਪੂਰਨ ਹੋਇਆ। ਇਹ ਸਾਡਾ ਧਰਨਾ ਜੀ ਕੁਛ ਸਾਡੀਆਂ ਮੁੱਖ ਮੰਗਾਂ ਨੂੰ ਜਿਹੜਾ ਲੈ ਕੇ ਰੱਖਿਆ ਗਿਆ ਸੀ, ਉਹ ਮੰਗਾਂ ਇਹ ਹੈ ਜੀ ਵੀ ਜਿਹੜੇ ਪਿੰਡਾਂ ਦੇ ਵਿੱਚ ਜਿਹੜੀਆਂ ਦੁੱਧ ਸੁਸਾਇਟੀਆਂ ਨੇ ਉਹਨਾਂ ਦੇ ਵਿੱਚ ਜੋ ਸਿਸਟਮ ਕੰਪਿਊਟਰ ਸਿਸਟਮ ਲੱਗੇ ਹੋਏ ਆ ਉਹਨਾਂ ਉੱਪਰ ਇਹ ਮਹਿਕਮੇ ਵੱਲੋਂ ਜਿਹੜਾ ਹੈਗਾ ਲੌਕ ਲਗਾ ਦਿੱਤਾ ਗਿਆ ਸੀ, ਜਿਹਦੇ ਨਾਲ ਮਤਲਬ ਇੱਕ ਪੈਰਾਮੀਟਰ ਜਿਹਦੇ ਵਿੱਚ ਇੱਕ ਫਿੱਟ ਕੀਤਾ ਗਿਆ ਸੀ ਵੀ ਇੱਥੋਂ ਲੈ ਕੇ ਮੱਝਾਂ ਦੀ 2-5 ਤੋਂ ਲੈ ਕੇ 5-0 ਤੱਕ ਜੇ ਉਸ ਤੋਂ ਬਾਹਰ ਫੈਂਟ ਆਉਂਦੀ ਹੈ ਤਾਂ ਉਹ ਦੁੱਧ ਖਰੀਦਿਆ ਨਹੀਂ ਜਾਊਗਾ, ਉਹ ਦੁੱਧ ਵਾਪਸ ਕੀਤਾ ਜਾਊਗਾ। ਹਾਲਾਂਕਿ ਜਿਹੜਾ 4-5 ਵਾਲਾ ਦੁੱਧ ਆ ਉਹ ਕੁਆਲਿਟੀ ਦੁੱਧ ਹੁੰਦਾ, ਨਾਲ ਹੀ ਰੱਖਿਆ ਗਿਆ ਜਿਹੜਾ ਉਸਦਾ ਪਾਊਡਰ ਹੈ ਉਹ 7-6 ਤੋਂ ਲੈ ਕੇ 9-0 ਤੱਕ ਲਿਆ ਜਾਊਗਾ, ਜੇਕਰ 4-5 ਤੇ 9-1 ਫੈਂਟ ਆਉਂਦੀ ਹੈ ਤਾਂ ਉਹ ਦੁੱਧ ਵਾਪਸ ਕੀਤਾ ਜਾਊਗਾ, ਜਿਹਦੇ ਕਾਰਨ ਬਹੁਤ ਸਾਰੇ ਦੁੱਧ ਉਤਪਾਦਕਾਂ ਨੂੰ ਸਮੱਸਿਆਵਾਂ ਆਉਂਦੀਆਂ ਸੀ। ਉਹਨਾਂ ਦਾ ਦੁੱਧ ਹੈ ਜਿਹੜਾ ਉਹ ਪਾਸ ਨਹੀਂ ਹੁੰਦਾ ਸੀ, ਜ਼ਿਆਦਾਤਰ ਸੈਂਪਲ ਜਿਹੜੇ ਹੈਗੇ ਫੇਲ ਹੋਣ ਲੱਗ ਗਏ ਸੀ। ਅੱਗੇ ਜਿਹੜਾ ਮੱਝਾਂ ਦੇ ਦੁੱਧ ਦੀ ਗੱਲ ਕਰੀਏ ਤਾਂ ਇਹਨਾਂ ਨੇ 5-1 ਤੋਂ ਲੈ ਕੇ 10-0 ਤੱਕ ਦੇ ਸਾਨੂੰ ਜਿਹੜਾ ਪੈਰਾਮੀਟਰ ਦਿੱਤਾ ਸੀ, ਪਰ ਨਾਲ ਹੀ ਉਹਨਾਂ ਨੇ ਜਿਹੜਾ SNF ਦਾ ਪੈਰਾਮੀਟਰ ਹੈ ਉਹ ਵੀ ਦਿੱਤਾ ਸੀਗਾ ਵੀ ਜੇਕਰ ਤੁਹਾਡਾ 8-6 ਤੋਂ ਘੱਟ ਜਿਹੜੇ ਤੁਹਾਡੀ ਜਿਹੜੀ SNF ਆਉਂਦੀ ਹੈ ਅਤੇ 10-0 ਤੋਂ ਉੱਪਰ ਆਉਂਦੀ ਹੈ ਉਹ ਦੁੱਧ ਵੀ ਨਹੀਂ ਲਿਆ ਜਾਊਗਾ। ਹੁਣ ਸਾਰੇ ਵੀਰਾਂ ਨੂੰ ਪਤਾ ਹੈ ਜਿਹੜੇ ਪਿੰਡਾਂ ਨਾਲ ਸੰਬੰਧਿਤ ਹੈ ਵੀ ਹੁਣ ਸਾਉਣ ਮਹੀਨਾ ਇਹਦੇ ਵਿੱਚ ਸੂਆ ਪੈਂਦਾ ਹੈ ਅਤੇ ਜਦੋਂ ਸੂਆ ਪੈਂਦਾ ਤਾਜ਼ੀ ਮੱਝ ਦੇ ਦੁੱਧ ਵਿੱਚ ਪਾਊਡਰ ਦੇ ਜਿਹੜਾ ਹੁੰਦਾ ਉਹਦੀ ਕੁਆਂਟਿਟੀ ਜ਼ਿਆਦਾ ਹੁੰਦੀ ਹੈ, ਉਹਦੇ ਕਰਕੇ ਜਿਹੜੀ 10-0 ਤੋਂ ਉੱਪਰ ਵੀ ਜਿਹੜੀ ਮਤਲਬ ਉਹਦੀ SNF ਆਉਂਦੀ ਸੀ ਜਿਹੜਾ ਦੁੱਧ ਪਾਸ ਨਹੀਂ ਹੁੰਦਾ ਸੀ। ਅੱਜ ਸਾਡੇ ਵੱਲੋਂ ਇਹੀ ਪ੍ਰਦਰਸ਼ਨ ਕੀਤਾ ਗਿਆ ਵੀ ਉਹ ਲੌਕ ਸਿਸਟਮ ਹੈ ਜਿਹੜਾ ਉਹਨੂੰ ਬੰਦ ਕੀਤਾ ਜਾਵੇ, ਜਿਵੇਂ ਪਹਿਲਾਂ ਸੁਸਾਇਟੀਆਂ ਦਾ ਕੰਮ ਮੈਨੂਅਲ ਚੱਲਦਾ ਸੀ ਵੀ ਅਸੀਂ ਉਸਨੂੰ ਐਡਿਟ ਕਰ ਦਿੰਦੇ ਸੀ ਵੀ ਜੇ 1 ਪੁਆਇੰਟ ਵੱਧ ਗਈ ਤਾਂ ਉਹਨੂੰ ਘਟਾ ਕੇ ਵੀ ਉਹ ਦੁੱਧ ਜਿਹੜਾ ਪਾਸ ਹੋ ਜਾਂਦਾ ਸੀਗਾ। ਸੋ ਅਸੀਂ ਉਹੀ ਮੰਗ ਰੱਖੀ ਹੈ, ਸਾਨੂੰ ਮਹਿਕਮੇ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸੈਕਟਰੀਆਂ ਨੂੰ ਨਾਲ ਲੈ ਕੇ ਅਤੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਅਤੇ ਅਧਿਕਾਰੀਆਂ ਨੂੰ ਨਾਲ ਲੈ ਕੇ ਇੱਕ ਕਮੇਟੀ ਬਣੂਗੀ ਜਿਹਦੇ ਵਿੱਚ ਜਿਹੜੀਆਂ ਇਹ ਸਮੱਸਿਆਵਾਂ ਹੈ ਇਹਨਾਂ ਦਾ ਜਿਹੜਾ ਹੱਲ ਹੈ ਉਹ ਪ੍ਰੋਪਰ ਤਰੀਕੇ ਨਾਲ ਕੀਤਾ ਜਾਵੇ। ਇਹ ਅੱਜ ਸਰ ਸਾਡਾ ਜਿਹੜਾ ਹੈਗਾ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜਾ ਸਾਡਾ ਧਰਨੇ ਦੀ ਕਾਲ ਸੀਗੀ, ਸੋ 77 ਵੀਰਾਂ ਨੇ ਸਾਰਿਆਂ ਨੇ ਸਾਥ ਦਿੱਤਾ ਅਤੇ 4 ਵਜੇ ਅਸੀਂ ਸਾਡੀ ਅਫਸਰਾਂ ਨਾਲ ਮੀਟਿੰਗ ਹੋਈ ਹੈ, ਉਹਦੇ ਵਿੱਚ ਸਾਨੂੰ ਜਿਹੜਾ ਭਰੋਸਾ ਮਿਲਿਆ ਉਸ ਤੋਂ ਬਾਅਦ ਜਿਹੜਾ ਧਰਨੇ ਦੀ ਅਸੀਂ ਸਮਾਪਤੀ ਦਿੱਤੀ।